ਅੱਜ ਜਲਥਲ ਹੋ ਗਈ ਆ ਪੂਰੀ, ਝੋਨੇ ਜਿਹੜੇ ਨਹੀਂ ਲੱਗਣ ਦੇ, ਹੁਣ ਇਹ ਆ ਵੀ ਅੱਜ ਬਾਰਿਸ਼ ਪੂਰੀ ਹੋ ਗਈ ਆ। ਕਿੰਨੀ ਕੁ ਰਾਹਤ ਮਿਲੂਗੀ ਲੋਕਾਂ ਨੂੰ? ਜਰਾ ਇਹਦੇ ਨਾਲ ਕਾਫੀ ਰਾਹਤ ਮਿਲੇਗੀ, ਇਹ ਆ ਵੀ ਰਾਹਤ ਗਰਮੀ ਤੋਂ ਵੀ ਰਾਹਤ ਮਿਲੇਗੀ, ਸਾਰੇ ਕੰਮਾਂ ਦੇ ਰਾਹਤ। ਕਿਸਾਨਾਂ ਨੂੰ ਕਿੰਨਾ ਫਾਇਦਾ ਹੋਊ? ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈਗਾ ਜੀ, ਝੋਨਾ ਲੱਗਣ ਨਹੀਂ ਰਿਹਾ, ਝੋਨਾ ਅੱਜ ਤੋਂ ਸ਼ੁਰੂ, ਪਹਿਲਾਂ ਤੋਂ ਸ਼ੁਰੂ ਹੋਇਆ ਪਰ ਕਈਆਂ ਦਾ ਰਹਿ ਰਿਹਾ ਸੀ। ਕਿੰਨੇ ਕੁ ਵਜੇ ਬਾਰਿਸ਼ ਸ਼ੁਰੂ ਹੋਈ, ਕਿੰਨੀ ਕੁ ਪੈ ਗਈ ਹੁਣ ਤੱਕ? ਜੇ ਬਾਰਿਸ਼ ਮਾਝਾ ਕਰ 4 ਵਜੇ ਤੋਂ ਸ਼ੁਰੂ ਹੋਈ ਆ, ਹੁਣ ਤਾਂ ਕਾਫੀ ਅਜੇ ਤਾਂ ਖੜੀ ਨਹੀਂ ਹੈ। ਵੇਖ ਲਓ ਗਰਮੀ ਤੋਂ ਬਹੁਤ ਰਾਹਤ ਮਿਲੀ ਆ, ਪਸ਼ੂ ਪੰਛੀ ਡੰਗਰਾਂ ਦਾ ਜਾਨਵਰਾਂ ਦਾ ਬਹੁਤ ਬੁਰਾ ਹਾਲ ਸੀ, ਗਰਮੀ ਤੋਂ ਬਿਮਾਰੀਆਂ ਬਹੁਤ ਵੱਧ ਰਹੀਆਂ ਸੀ, ਅਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ, ਸਾਰੀ ਪਬਲਿਕ ਨੂੰ, ਸਾਰੀ ਦੁਨੀਆਂ ਨੂੰ। ਕਿਸਾਨਾਂ ਵਾਲਾਂ ਨੂੰ ਬਹੁਤ ਫਾਇਦਾ ਹੋਇਆ ਜੀ, ਝੋਨੇ ਦੀ ਬੱਤੀ ਜਾ ਰਹੀ ਸੀ, ਬੱਤੀ ਆ ਨਹੀਂ ਰਹੀ, ਰਾਤ ਨੂੰ ਬੰਦ, ਦਿਨੇ ਬੰਦ, ਕੱਟ ਲਾ ਦਿੰਦੇ ਸੀ ਜੀ, ਅਤੇ ਹੁਣ ਮਤਲਬ ਦੁਨੀਆ ਝੋਨਾ ਸੌਖਾ ਲੱਗ ਜਾਏਗਾ ਜੀ। ਦੁਕਾਨਦਾਰਾਂ ਨੂੰ ਕਿੰਨਾ ਫਾਇਦਾ ਹੋਊਗਾ? ਦੁਕਾਨਦਾਰਾਂ ਨੂੰ ਜੀ ਥੋੜ੍ਹਾ ਮੰਦਾ ਪੈ ਜਾਂਦਾ ਜੀ, ਕੰਮ ਕੁੰਮ ਦੇ ਗਰਮੀ 'ਚ ਅੱਗੇ ਗਾਹ ਘੱਟ ਨਿਕਲਦੇ ਸੀ, ਅਤੇ ਹੁਣ ਗਰਮੀ 'ਚ ਥੋੜ੍ਹਾ ਪਤਾ ਰਾਹਤ ਮਿਲੇਗੀ, ਦੁਨੀਆ ਨੂੰ ਪੈਸਾ ਆਏਗਾ, ਚੱਲੇਗਾ, ਤਾਂ ਫਿਰ ਕੰਮ ਤੁਰ ਝੋਨਾ ਲੱਗੇਗਾ ਜੀ।